ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅਤੇ ਅੱਜ ਲੈ ਕੇ ਆਇਆ ਤੁਹਾਡੇ ਲਈ ਨਵੀਂ ਵੀਡੀਓ ਹੈ ਨਾ ਅਤੇ ਆਪਾਂ ਆਹ ਲੋਕਡਾਊਨ ਲੱਗੇ ਹਾਂ ਐਪਕੋ ਐਪਕੋ ਦਾ ਡੋਰ ਲੋਕ ਹੈ ਡੋਰ ਨੋਵ ਲੋਕ ਕਹਿੰਦੇ ਆ ਦੇਖੋ ਇਹ ਐਪਕੋ ਕੰਪਨੀ ਦਾ ਲੋਕ ਆ ਹੈ ਨਾ ਅਤੇ ਆਪਾਂ ਇਹ ਲਾਉਣ ਲੱਗੇ ਹਾਂ ਅੱਜ ਅਤੇ ਆਪਾਂ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦਿੰਦੇ ਅਸੀਂ ਲੋਕ ਆਮ ਦੂਸਰੀ ਲਾਉਣੇ ਹੁੰਦੇ ਹਾਂ ਹੈ ਨਾ ਪਰ ਇਹ ਆਪਾਂ ਪਹਿਲੀ ਵਾਰੀ ਲਾ ਰਹੇ ਹਾਂ ਲੋਕ ਆਪਾਂ ਕਦੇ ਲਾਇਆ ਨਹੀਂ ਹੈ ਵੀ ਤੁਹਾਨੂੰ ਹੈ ਨਾ ਕਹਿ ਦਈਏ ਅਤੇ ਇਹਦੇ ਬਾਰੇ ਦੱਸਾਂਗੇ ਵੀ ਕਿਵੇਂ ਲੱਗਦਾ ਅਤੇ ਕਿੰਨਾ ਇਹਦਾ ਹੋਲ ਮਾਰਨਾ ਪੈਂਦਾ ਹੈ ਨਾ ਇਹ ਖੁੱਲ੍ਹਦਾ ਕਿਵੇਂ ਆ ਖੁੱਲ੍ਹਣ ਖਾਲਣ ਦਾ ਸਾਰਾ ਕੁਛ ਤੁਹਾਨੂੰ ਦੱਸਾਂਗੇ ਜਿੰਨਾ ਹੋ ਸਕਿਆ ਹੈ ਨਾ ਅਤੇ ਉਮੀਦ ਆ ਤੁਸੀਂ ਵੀਡੀਓ ਪਸੰਦ ਜ਼ਰੂਰ ਕਰੋਗੇ ਅਤੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰੋਗੇ ਅਤੇ ਆ ਜਾਓ ਹੁਣ ਆਪਾਂ ਲੋਕ ਲਾਉਂਦੇ ਹਾਂ ਅਤੇ ਪਹਿਲਾਂ ਅਸੀਂ ਚਾੜਨਾ ਡੋਰ ਡੋਰ ਅਸੀਂ ਲਾ ਤਾ ਸੀ ਅਤੇ ਤੁਹਾਨੂੰ ਥੋੜ੍ਹਾ ਜਿਹਾ ਉਹਦੇ ਬਾਰੇ ਦੱਸ ਦਈਏ ਅਸੀਂ ਯਾਨੀ ਕਿੱਦਾਂ ਫਿਟਿੰਗ ਕਰੀਏ ਹੈ ਨਾ ਜਿਵੇਂ ਤੁਹਾਨੂੰ ਪਤਾ ਹੀ ਹੈ ਅੱਜ ਕੱਲ੍ਹ ਹੁਣ ਆਪਣੀਆਂ ਆਹ ਜਿਹੜੀਆਂ ਚਾਦਰ ਦੀਆਂ ਜਿਹੜੀਆਂ ਚੁਗਾਠਾਂ ਨੇ ਲੋਹੇ ਵਾਲੀਆਂ ਇਹ ਲੱਗਦੀਆਂ ਨੇ ਅਤੇ ਤਕਰੀਬਨ ਆਪਣੇ ਪਿੰਡਾਂ ਪੁੰਡਾਂ ਸਾਰੇ ਇਹ ਜਾਣੀ ਜ਼ਿਆਦਾ ਚੱਲ ਰਹੀਆਂ ਨੇ ਦੇਖੋ ਆਹ ਇੱਧਰ ਵੀ ਸਾਰੀ ਵਿੰਡੋ ਹੈ ਨਾ ਅਤੇ ਫਿਟਿੰਗ ਇਹਨਾਂ ਦੀ ਥੋੜ੍ਹੀ ਜਿਹੀ ਹੈਗੀ ਔਖੀ ਤੁਹਾਨੂੰ ਪਤਾ ਹੀ ਹੈ ਹੈ ਨਾ ਅਤੇ ਅਸੀਂ ਪੱਲੇ ਦੀ ਫਿਟਿੰਗ ਕਰੀ ਸੀ ਫਿਟਿੰਗ ਮੈਂ ਤੁਹਾਨੂੰ ਦੱਸ ਦਿੰਦਾ ਵੀ ਤਰੀਕਾ ਦੱਸ ਦਿੰਦਾ ਥੋੜ੍ਹਾ ਜਿਹਾ ਮੋਟਾ ਮੋਟਾ ਆਹ ਦੇਖੋ ਜਿਵੇਂ ਆਹ ਕਬਜ਼ਾ ਅਤੇ ਇੱਧਰੋਂ ਆਹ ਆਹ ਵਿੱਚੋਂ ਵਿੱਚੋਂ ਜਿੰਨਾ ਇਹਦਾ ਸਹਿਜ ਆ ਮਤਲਬ ਇੱਥੋਂ ਲੈ ਕੇ ਇੱਥੇ ਤੱਕ ਜਿੰਨਾ ਸਹਿਜ ਆ ਇਹਨੂੰ ਇੱਕ ਸੂਤ ਲੂਜ ਕਰਕੇ ਬਸ ਤੁਸੀਂ ਪੱਲੇ ਦੀ ਕਟਿੰਗ ਕਰ ਦਿਓ ਫਲੱਸ਼ ਡੋਰ ਦੀ ਅਤੇ ਉੱਪਰੋਂ ਇਹਨੂੰ ਪੂਰਾ ਰੱਖ ਲਓ ਉੱਪਰੋਂ ਪੂਰਾ ਰੱਖ ਕੇ ਅਤੇ ਇਹਨੂੰ ਐਂ ਮੰਨੋ ਵੀ ਕਬਜ਼ਾ ਲਾ ਕੇ ਸਾਰੀ ਸੈਟਿੰਗ ਸੁਟਿੰਗ ਕਰਕੇ ਇਹਦੀ ਯਾਨੀ ਵਾਲਾਂ ਮੇਰੇ ਕਹਿਣ ਦਾ ਮਤਲਬ ਵਾਲਾਂ ਰੰਦਾ ਲਾਉਣ ਦੀ ਲੋੜ ਨਹੀਂ ਤਕਰੀਬਨ ਮਾੜਾ ਮੋਟਾ ਰੰਦਾ ਲੱਗਦਾ ਗਾ ਬਸ ਜਮੀ ਇੱਕ ਸੂਤ ਲੂਜ ਰੱਖ ਦਿਓ ਇਹਨੂੰ ਤੁਹਾਡਾ ਪੱਲਾ ਐਨ ਸਹੀ ਆ ਜੂਗਾ ਠੀਕ ਆ ਅਤੇ ਬਾਕੀ ਗੇਰਾਂ ਚਾੜ ਕੇ ਮਾੜੀ ਮੋਟੀ ਦਰਦ ਦੁਰਦ ਪੈ ਜੂਗੀ ਦੇਖੋ ਤੁਸੀਂ ਆਹ ਲੋਕ ਹੈ ਅਤੇ ਆਪਾਂ ਇਹਦੀ ਲੱਗੇ ਹਾਂ ਅਨਬੋਕਸਿੰਗ ਕਰਨ ਅਤੇ ਪ੍ਰਾਈਜ਼ ਵਗੈਰਾ ਤੁਹਾਨੂੰ ਦਿਖਾ ਦਈਏ ਇਹਦੇ ਉੱਤੇ ਜਿਹੜਾ ਪ੍ਰਿੰਟ ਰੇਟ ਆ ਉਹ 1882 ਰੁਪਏ ਲਾਇਆ ਹੋਇਆ ਹੈ ਨਾ ਸੋ ਇੰਨਾ ਮਹਿੰਗਾ ਨਹੀਂ ਹੁੰਦਾ ਹੈ ਨਾ 1882 ਰੁਪਏ ਲਾਇਆ ਹੋਇਆ ਅਤੇ ਲਓ ਜੀ ਬਹੁਤ ਹੀ ਘੈਂਟ ਲੋਕ ਹੈ ਇਹ ਮੈਨੂੰ ਬਹੁਤ ਜਚਿਆ ਹੈ ਨਾ ਅਤੇ ਆ ਦੱਸਾਂ ਤੁਹਾਨੂੰ ਜੀ ਇਹਦੇ ਵਿੱਚੋਂ ਨਿਕਲਦੇ ਨੇ 4 ਪੇਜ ਅਤੇ ਅੱਜ ਪੱਤੀ ਨਿਕਲਦੀ ਹੈ ਮੇਨ ਅਤੇ ਇੱਕ ਜਿਹੜੀ ਮੇਨ ਹੋਲ ਜਿਹੜੀ ਆਪਣੀ ਹੁੰਦੀ ਆ ਜਿਹੜੀ ਉਹ ਦੱਬਦੇ ਹੁੰਦੇ ਆਪਾਂ ਆਹ ਨਿਕਲਦੀ ਹੈ ਅਤੇ ਬਾਕੀ ਇੱਕ ਦੋ ਵਾਰ ਪੈ ਗਈਆਂ ਠੀਕ ਆ ਅਤੇ ਹੋ ਗਈ ਆਪਣੀ ਚਾਬੀ ਅਤੇ ਆਹ ਹੋ ਗਿਆ ਆਪਣਾ ਡੋਰ ਨੋਵ ਲੋਕ ਆਹ ਦੇਖੋ ਇਹ ਕੰਮ ਕਿਵੇਂ ਕਰਦਾ ਐ ਬਸ ਇਹਨਾਂ ਕੀ ਕੰਮ ਹੈ ਨਾ ਅਤੇ ਆ ਜਾਓ ਹੁਣ ਬਾਕੀ ਤੁਹਾਨੂੰ ਹਾਂ ਜੀ ਠੀਕ ਹੈ ਜੀ ਆਹ ਤੁਸੀਂ ਦੇਖ ਸਕਦੇ ਹੋ ਸਮਾਨ ਇਹਦੇ ਵਿੱਚੋਂ ਕੀ ਦਿਖਾ ਦਿਓ ਲਓ ਜੀ ਅਤੇ ਹੁਣ ਤੁਹਾਨੂੰ ਆਪਾਂ ਜਿਹੜੇ ਵਰਮੇ ਵਗੈਰਾ ਨੇ ਇਹਦੇ ਹੈ ਨਾ ਵਰਮਿਆਂ ਬਾਰੇ ਦੱਸਾਂਗੇ ਹੈ ਨਾ ਵੀ ਆਪਾਂ ਕਿਹੜੇ ਕਿਹੜੇ ਇਹਦੇ ਲਈ ਵਰਮੇ ਯੂਜ਼ ਕਰਨੇ ਨੇ ਹੈ ਨਾ ਅਤੇ ਵਰਮਾ ਇਹਦੇ ਲਈ ਸਭ ਤੋਂ ਪਹਿਲਾਂ ਆਪਾਂ ਨੂੰ ਚਾਹੀਦੀ ਆਹ ਦੇਖੋ ਆਹ ਚਾਹੀਦੀ ਆ ਫਿਰਕੀ ਜਿਹੜੀ ਆਪਾਂ ਕੰਸੀਲਰ ਵਗੈਰਾ ਕੱਢਣ ਵਾਸਤੇ ਸੈੱਟ ਆਉਂਦਾ ਨਾ ਪੂਰਾ ਗੋਲ ਚੱਕਰ ਜਿਹੇ ਹੁੰਦੇ ਨੇ ਜਿਹੜੇ ਅਤੇ ਇਹਦਾ ਸੈੱਟ ਚਾਹੀਦਾ ਅਤੇ ਇਹਦਾ ਸਾਈਜ਼ ਦੱਸਦਾ ਮੈਂ ਤੁਹਾਨੂੰ ਕਿੰਨਾ ਅਤੇ ਇਹਦਾ ਸਾਈਜ਼ ਤੁਸੀਂ ਦੇਖ ਸਕਦੇ ਹੋ ਇਹ ਹੈਗਾ 1 ਇੰਚੀ 550 ਤੱਕ ਆਹ ਦੇਖੋ 1 ਇੰਚੀ 5 ਕੁ ਸੂਤ ਇਹ ਆਪਾਂ ਨੂੰ ਜਿਹੜਾ ਵਰਮਾ ਚਾਹੀਦਾ ਹੈ ਨਾ ਅਤੇ ਬਾਕੀ ਜਿਹੜਾ ਦੂਸਰਾ ਹੋ ਗਿਆ ਵਰਮਾ ਇਹ ਹੈਗਾ ਆਪਣਾ 7 ਸੂਤ ਦਾ ਅਤੇ 7 ਸੂਤ ਦਾ ਵਰਮਾ ਚਾਹੀਦਾ ਹੈ ਨਾ ਆਪਾਂ ਨੂੰ ਅਤੇ ਹੁਣ ਆਪਾਂ ਮਿਣ ਕੇ ਇਹਦਾ ਨਿਸ਼ਾਨ ਵਗੈਰਾ ਲਾਉਣੇ ਹੈ ਨਾ ਕਿੰਨੇ 'ਤੇ ਲਾ ਰਹੇ ਹਾਂ ਤੁਹਾਨੂੰ ਉਹ ਵੀ ਦੱਸਾਂਗੇ ਵੀ ਕਿੰਨੇ ਇੰਚ 'ਤੇ ਲਾਇਆ ਸਾਨੂੰ ਤੁਸੀਂ ਦੇਖ ਸਕਦੇ ਹੋ ਹੈ ਨਾ ਅਤੇ ਇਹਦਾ ਨਿਸ਼ਾਨ ਅਸੀਂ ਲਾਇਆ 40 ਇੰਚ ਨਿਸ਼ਾਨ ਲਾਇਆ 40 ਇੰਚ 'ਤੇ ਅਤੇ ਇੱਧਰੋਂ ਲਾਇਆ ਇਹ 2 ਇੰਚੀ
350 ਤੇ ਤੇ ਹੁਣ ਇਹਦਾ ਹੋਲ ਵਗੈਰਾ ਮਾਰਾਂਗੇ ਅਸੀਂ ਹਨਾ ਤੇ ਹੋਲ ਤੁਹਾਨੂੰ ਦੱਸ ਦਿਆਂ ਉਹੀ ਜਿਹੜਾ ਆਪਣਾ ਤੁਹਾਨੂੰ ਦਿਖਾਈ ਸੀ ਫਿਰਕੀ ਹਨਾ ਕੰਸੀਲ ਲਾਣੀ ਉਹਦੇ ਨਾਲ ਹੋਲ ਮਾਰਾਂਗੇ ਤੇ ਫਿਰ ਤੁਹਾਨੂੰ ਦਿਖਾਉਣੇ ਅੱਗੇ ਹਨਾ ਲਓ ਜੀ ਹੁਣ ਆਪਾਂ ਲੱਗੇ ਹਾਂ ਹੋਲ ਮਾਰਨ ਫਰੰਟ ਵਾਲਾ ਹੈ ਨਾ ਨਿਸ਼ਾਨ ਨੂੰ ਇਹਦਾ ਲਾਤਾ ਦੇਖੋ ਸੈਂਟਰ ਕੱਟਤਾ ਜੋ ਦਿਖਾਈ ਮਾੜਾ ਇੱਧਰ ਆਹ ਦੇਖੋ ਲੱਗੇ ਹਾਂ ਹੋਲ ਮਾਰਨ ਤੁਸੀਂ ਦੇਖ ਸਕਦੇ ਹੋ ਹੋਲ ਦੋ ਦੇ ਵੱਜ ਚੁੱਕੇ ਨੇ ਅਤੇ ਆਪਾਂ ਇਹਦੀ ਫਿਟਿੰਗ ਵਗੈਰਾ ਹੁਣ ਕਰਾਂਗੇ ਹੈ ਨਾ ਅਤੇ ਆਹ ਦੇਖੋ ਇੱਧਰ ਫਰੰਟ ਤੋਂ ਇੱਦਾਂ ਹੋਲ ਵੱਜੂ ਸਾਈਡ ਤੋਂ ਇੱਦਾਂ ਠੀਕ ਹੈ ਲਿਆ ਕਰ ਲਓ ਜੀ ਤੁਹਾਨੂੰ ਦੱਸਦੀ ਹੈ ਨਾ ਜਦੋਂ ਡੱਬੇ ਦੇ ਵਿੱਚ ਲੋਕ ਹੁੰਦਾ ਉਹ ਇਸ ਤਰ੍ਹਾਂ ਇਹਦੀ ਫਿਟਿੰਗ ਹੋਈ ਹੁੰਦੀ ਹੁੰਦੀ ਆ ਜਿਹੜਾ ਇੱਕ ਸਾਈਡ ਆਹ ਦੱਬਣ ਵਾਲੀ ਇਹ ਨਹੀਂ ਖੁੱਲਦੀ ਹੈਗੀ ਹੈ ਨਾ ਅਤੇ ਆਹ ਅਸੀਂ ਖੋਲ ਲਈ ਸੀ ਪਹਿਲਾਂ ਦੇਖੋ ਇਹ ਐਂ ਨਿਕਲ ਜਾਂਦੀ ਕਿਉਂਕਿ ਇਹਦੇ ਵਿੱਚ ਦੀ ਪੇਚ ਲੱਗਣੇ ਹੁੰਦੇ ਨੇ ਅਤੇ ਹੈ ਨਾ ਦੇਖੋ ਇਹ ਅਸੀਂ ਇਹਦੀ ਫਿਟਿੰਗ ਹੋ ਜਾਂਦੀ ਹੈ ਅਸੀਂ ਇਹ ਖੁੱਲ ਜਾਂਦਾ ਹੈ ਨਾ ਅਤੇ ਹੁਣ ਇਹਦੇ ਆਹ ਵਾਲੇ ਨਟ ਨੁੱਟ ਖੋਲ੍ਹ ਕੇ ਇੱਦੋਂ ਬਾਅਦ ਇਹਦੀ ਆਪਾਂ ਕਰਦੇ ਹਾਂ ਫਿਟਿੰਗ ਆਹ ਚੀਜ਼ ਹੋ ਗਈ ਅਤੇ ਆਹ ਇਹਦੀਆਂ ਮੇਨ ਪਲੇਟਾਂ ਹੋ ਗਈਆਂ ਅਤੇ ਇੱਕ ਇਹਦਾ ਹੋ ਗਿਆ ਲੱਕ ਹੁਣ ਇਹਨੂੰ ਆਪਾਂ ਕਰਦੇ ਹਾਂ ਫਿੱਟਾਂ ਲਓ ਜੀ ਆਪਾਂ ਇਹਦਾ ਟੱਕ ਕੱਢ ਰਹੇ ਹਾਂ ਨਾ ਦੇਖੋ ਇੱਥੇ ਫਿੱਟ ਹੋਣਾ ਅਤੇ ਇਹਦਾ ਟੱਕ ਵਗੈਰਾ ਥੋੜ੍ਹਾ ਜਿਹਾ ਤਾਂ ਮਾਰ ਲਿਆ ਸੀਗਾ ਦੇਖ ਸਕਦੇ ਹੋ ਨਾ ਆਹ ਲੋਕ ਖੋਲਿਆ ਹੋਇਆ ਜਿਹੜੀ ਆ ਤਾਰ ਦੀ ਹੁੰਦੀ ਆ ਇਹਦੀ ਇੱਕ ਗਲੀ ਹੁੰਦੀ ਆ ਉਹਦੇ ਹਾਲੇ ਅਤੇ ਇਹਦੇ ਵਿੱਚ ਪਾ ਕੇ ਇਹ ਇੱਦਾਂ ਇਹਦੀ ਫਿਟਿੰਗ ਹੋ ਜਾਂਦੀ ਹੈ ਠੀਕ ਆ ਇਹਦੀ ਫਿਟਿੰਗ ਇੱਦਾਂ ਹੋ ਜਾਂਦੀ ਆ ਅਤੇ ਤੁਹਾਨੂੰ ਆਹ ਵੀ ਲਾ ਕੇ ਦਿਖਾ ਦਈਏ ਕਿਹੜਾ ਕੱਚਾ ਆਹ ਦੇਖੋ ਆਹ ਚੀਜ਼ ਇਹ ਇਹਦੇ ਵਿੱਚ ਵੀ ਗਲੀਆਂ ਇਨਸਾਨ ਨੇ ਹੈ ਨਾ ਇੱਦਾਂ ਇਹਦੀ ਫਿਟਿੰਗ ਹੁੰਦੀ ਆ ਆਹ ਵਰਕ ਕਰ ਰਹੇ ਨਾ ਆਹ ਦੇਖੋ ਠੀਕ ਆ ਇੱਦਾਂ ਹੀ ਆਪਾਂ ਬਸ ਇਹਨੂੰ ਕੱਸ ਦੇਣਾ ਅਤੇ ਹੁਣ ਤੁਹਾਨੂੰ ਕੱਸ ਕੇ ਦਿਖਾਉਣੇ ਆਪਾਂ ਠੀਕ ਹੈ ਤੁਸੀਂ ਆਹ ਦੇਖ ਸਕਦੇ ਹੋ ਅਤੇ ਆਪਾਂ ਇੱਦਾਂ ਕੱਸਤਾ ਅਤੇ ਉਹਨੂੰ ਫਿਟਿੰਗ ਕਰਕੇ ਵਿੱਚ ਦਿਖਾਉਣੇ ਆ ਆਹ ਪੇਚ ਨੇ ਠੀਕ ਆ ਆਹ ਨਟ ਇਹ ਅੰਦਰ ਲੱਗੂਗਾ ਆਹ ਬਾਹਰ ਲੱਗੂਗਾ ਇਹ ਤੁਹਾਨੂੰ ਫਿਟਿੰਗ ਕਰਕੇ ਦਿਖਾਉਣੇ ਆ ਠੀਕ ਆ ਇਹ ਵੀ ਆ ਜਾਂਦਾ ਮੈਂ ਛੱਡ ਦੇਈ ਆਹ ਦੇਖੋ
बस आ देखो ऐसा फिटिंग हो गई इधर ही हम आप कर देने ने नाट ठीक है नाट लो जी तुसी देख सकते हो ना नट वगैरह कस के असी सारा लॉक फिट कर लिया तो आ रह गया ढक्कन एक इधर ही लगते होंगे ने नट आ देखो इधर ही ये बिच ही ना आ दो गलियां ने वो देखो टोपी दिख रही इधर ही नट लगते होंगे ने तो आ जरा आह कलंप ए डोर वाला ए आ जरा ढक्कन होंगे देखो ये इधर ही फिटिंग हो जाती है ना तो आ देखो तुम देख सकते हो प्रॉपर ये काम कर रहा है कर रहा ना ठीक है जी तो इधरों भी कर रहा ठीक है तो हूँ आप लगता करना गा तो निशान शून ला के इनू लगता करके चलो जी ये काम निबड़ गया एक गल होर दस दी है ना डिटेल वगैरह का तकरीबन सारी ये इन्होंने दिती होंगी है ना सारा मैप दिता होंगे है ना भी कि आप लाना तो कई बार चलो नहीं समझ लगती है ना ता ही आप वीडियो बनाई है थोड़े लिए है ना साडा मकसद सिर्फ इन्ना ही भी चलो है ना कई बार नहीं समझ आती है ना आप सीधा देसी तरीके से पता लग जाए तो लॉक आप फिट करता तो हम गली मार दें जी देखो ये लाता ना है ना तो चाबी पा के इनू इधर न करके ए कर देना देखो चाबी निकल गई लो ये खुल नहीं रहा हूँ ठीक है ना तो हूँ आप इनू करा इधर न आ देखो खुल गया देखो खुल गया ठीक है जी तो अपना ये लॉक है जो लग चुकिया तो उम्मीद है तुम वीडियो पसंद जरूर करोगे है ना कुछ सीखने को मिले होगा कि मेन अपना मकसद यही होंगे कुछ कुछ पता लग जाए किसी है ना जोड़ा सानू पता चलो किसी होर पता लग जाए है ना तो इन्ना ही मकसद सी अज की वीडियो आप कर दें बंद वीडियो वधिया लगी लाइक शेयर कमेंट जरूर कर दो जी सत श्री अकाल बाय बाय लो जी तो एक गल थानू होर दस दी होर लॉक ला रहे थे जोड़ा लॉक वाला साइड होंगे इधरों तर ढक्कन जहाँ निकलता नहीं इधरों निकलता होंगे तो निकलता किमें ये ना ये बॉक्स के देखो आह चीज़ आई हुई है आ बनाया है एक इनू आप इतने पा लेना इनू पा लेना इनू इतने पा लेना नीचे ठीक है इनू धक् देना देखो क्रिक हो गया ना तो ये जरा देखो ये निकल गया आज थले पा के बाहर निकल आना हाँ ये भुल गए थी चलो महा दसी Thank you.